ਮੁਰਦਾਬਾਦ ਮੁਰਦਾਬਾਦ ਜਦੋਂ ਤੋਂ ਹਿੰਦੁਸਤਾਨ ਆਜ਼ਾਦ ਹੋਇਆ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ। ਸਿੱਖ ਇਹ ਦੱਬਣ ਵਾਲੀ ਕੌਮ ਨਹੀਂ ਹੈ, ਅਨਾਹ ਦੱਬੀ ਜਾਏਗੀ। ਮੇਰਾ ਨਾਂ ਪਲਵਿੰਦਰ ਕੌਰ। ਅਸੀਂ ਸਰਕਾਰ ਨੂੰ ਰੋਣਾ ਚਾਹੁੰਦੇ ਹਾਂ, ਪੁੱਛੜ ਸਰਕਾਰ ਨੂੰ ਰੋਣਾ ਚਾਹੁੰਦੇ ਹਾਂ। ਸਾਨੂੰ ਭਾਈ ਸਾਹਿਬ ਦੱਸਣ ਕਿੱਥੇ ਆ, ਇਹਨਾਂ ਉਦਣ ਦਾ ਫੜਿਆ, ਇਹ ਡਰਾਮੇਬਾਜ਼ੀਆਂ ਕੀ ਕਰਦੇ ਪਏ ਆ, ਉਹਦੇ ਹੁਲੀਏ ਚੇਂਜ ਕਰਕੇ ਸਾਡੇ ਸਿੱਖਾਂ ਨੂੰ ਬਦਨਾਮ ਕਰਨ ਡਏ ਆ ਵੀ ਆ ਸਿੱਖ ਭੱਜਦੇ ਨਹੀਂ ਆ, ਨਾ ਇਹ ਬਾਣੇ ਪਾਉਂਦੇ ਆ, ਜਿਹੋ ਜਿਹੇ ਉਹਨੂੰ ਹਾਲਾਤਾਂ 'ਚ ਵਿਖਾਲਣ ਡਏ ਆ। ਇਹ ਇੰਨੀ ਨਿਕੰਮੀ ਸਰਕਾਰ ਆ, ਇਹ ਕੇਜਰੀਵਾਲ ਪਹਿਲਾਂ ਪਤਾ ਸੀ ਭਗਵੰਤ ਮਾਨ ਦੇ ਵੱਸ 'ਚ ਕੁਛ ਨਹੀਂ ਹੈਗਾ ਗੰਦੇ ਦੇ 'ਚ, ਇਹਨੇ ਕਿਉਂ ਇਹ ਵੇਖੋ ਕਿੱਦਾਂ ਦੇ ਬਿਆਨ ਆਉਣ ਡਿਆ ਸਾਡੇ ਸਿੱਖਾਂ ਵਾਸਤੇ। ਸਾਡੇ ਬੱਚੇ ਬਾਹਰ ਰੋਣ ਡਏ, ਉਹਨਾਂ ਨੇ ਅੱਜ ਪੰਜਾਬ 'ਚ ਨਹੀਂ ਆਉਣਾ, ਅਸੀਂ ਸਾਡੀਆਂ ਤਾਂ ਇੱਥੇ ਅਰਥੀਆਂ ਵੀ ਨਹੀਂ ਆਉਣੀਆਂ, ਸਾਡੀਆਂ ਹੱਡੀਆਂ ਵੀ ਨਹੀਂ ਆਉਣੀਆਂ, ਇੱਥੇ ਰਹਿਣਾ ਹੀ ਨਹੀਂ ਕੋਈ। ਜਿਹੜੇ ਮੈਂ ਆਪ ਹਿੰਦੂ ਪਰਿਵਾਰਾਂ ਦੀਆਂ 2-3 ਮੇਰਾ ਇੰਟਰਵਿਊ ਵੇਖਣ ਡਈ ਹਾਂ, ਇੰਨੀ ਸੋਹਣੀ ਇੰਟਰਵਿਊ ਦੇਣ ਡਏ ਆ, ਉਹ ਕਹਿੰਦੇ ਜਦ
ਜੋਧਾ ਭਾਈ ਸਾਹਿਬ ਉੱਠਿਆ ਸੀ, ਸਾਨੂੰ ਵੀ ਸਾਡੇ ਹਿੰਦੂ ਪਰਿਵਾਰਾਂ ਵਿੱਚ ਵੀ ਇਹੋ ਜਿਹਾ ਯੋਧਾ ਉੱਠੇ, ਇਹੋ ਜਿਹਾ ਯੋਧਾ ਉੱਠੇ ਅਤੇ ਆਪਣੇ ਧਰਮ ਨੂੰ ਉਹ ਉੱਚਾ ਲੈ ਕੇ ਜਾਏ। ਦੱਸੋ ਭਾਈ ਸਾਹਿਬ ਦੀ ਗਲਤੀ ਕੀ, 5 ਮਹੀਨਿਆਂ ਦੇ ਵਿੱਚ ਉਹਨੂੰ ਕਿੰਨਾ ਬਦਨਾਮ ਕਰ ਦਿੱਤਾ। ਇਹ ਸਾਰੇ ਜਿੰਨੇ ਜਥੇਬੰਦੀਆਂ ਵਾ, ਮੈਂ 2-4 ਦੇ ਇੱਥੇ ਬਿਆਨ ਵੇਖ ਲਏ ਆ, ਪੁੱਛਿਆ ਕਿ ਤੁਸੀਂ ਪ੍ਰਮੁੱਖ ਖੜੋ ਬਾਹਰ ਨਿਕਲੋ, ਉਹ ਕਹਿੰਦੇ ਉਹ ਤਾਂ ਕਿਸੇ ਨਾਲ ਰਲ ਕੇ ਕੰਮ ਹੀ ਨਹੀਂ ਰਲਦਾ, ਤੁਹਾਡੀਆਂ ਨੀਤੀਆਂ ਨਾਲ ਗੰਦੀਆਂ ਨਾਲ ਰਲਦਾ ਅਤੇ ਫਿਰ ਹੀ ਤੁਹਾਡੇ ਨਾਲ ਰਲਦਾ ਨਾ, ਉਹ ਨਹੀਂ ਰਲਿਆ ਕਿਸੇ ਨਾਲ, ਨਹੀਂ ਰਲਿਆ। ਮੈਂ ਅੱਜ ਸੁਣਿਆ 2-3 ਦੇ ਬਿਆਨ, ਮੈਂ ਉਹਨਾਂ ਦੇ ਗਾੜੀ ਬੇਨਤੀ ਕੀਤੀ ਵੀ ਬਾਹਰ ਕੱਢੋ ਸਾਰੀ ਸੰਗਤ ਨੂੰ, ਉਹ ਕਹਿੰਦੇ ਰਲਦਾ ਹੀ ਨਹੀਂ ਕਿਸੇ ਨਾਲ, ਰਲਣਾ ਜਿਹਨੇ ਸੱਚ ਬੋਲੋ, ਸੰਤ ਜਰਨੈਲ ਸਿੰਘ ਰਲਿਆ ਸੀ ਕਿਸੇ ਨਾਲ, ਸੰਤ ਜਰਨੈਲ ਸਿੰਘ ਰਲਿਆ ਸੀ। ਭਾਈ ਸਾਹਿਬ ਨੂੰ ਦੇਣ ਜਿੰਨੇ ਵੀ ਇਹ ਸਾਨੂੰ 11 ਸਿੰਘ ਕਹਿੰਦੇ, ਇਹ ਤਾਂ ਸਾਡੀ ਕੌਮ ਨੂੰ ਚੁੱਕ ਚੁੱਕ ਕੇ ਅੰਦਰਾਂ 'ਚ ਇਹਨਾਂ ਨੇ ਕਰ ਲਿਆ, ਸਾਡੇ ਬੱਚੇ ਅੰਦਰ ਕਰ ਲਏ ਆ, ਡੁਪਲੀਕੇਟ ਅਸੀਂ ਉਹਨਾਂ ਨੂੰ ਮਿਲਦੇ ਸੀ, ਸਾਨੂੰ ਪਤਾ ਅਸੀਂ, ਮੈਂ ਉਹਨੂੰ ਜਨਮ ਨਹੀਂ ਦਿੱਤਾ, ਅਸੀਂ ਇੱਦਾਂ ਵੀ ਹੀਰ 'ਚ ਹੀ ਮਿਲੇ ਹਾਂ, 2-4 ਵਾਰੀ ਮਿਲੇ ਆ, ਸਾਨੂੰ ਪਤਾ ਕਿ ਉਹ ਕਿਹੋ ਜਿਹਾ ਸੂਰਮਾ ਉੱਠਿਆ ਸੀ। ਜੇ ਤਾਂ ਰਲ ਜਾਂਦਾ ਇਹਨਾਂ ਦੇ ਨਾਲ ਫਿਰ ਤਾਂ ਪਤਾ ਸੀ ਕਿ ਜਿੱਦਾਂ ਇਹ ਕਹਿੰਦੇ ਸੀ ਨਾਚ ਨਚਾਉਂਦੇ, ਉਹ ਨਹੀਂ ਨੱਚਿਆ, ਇਸ ਕਰਕੇ ਉਹ ਬਦਨਾਮ ਹੋ ਗਿਆ। ਦੀਪ ਸਿੱਧੂ ਦੀਆਂ ਗੱਲਾਂ ਅੱਜ ਸੱਚੀਆਂ ਹੋਣਡੀਆਂ ਨਾ, ਜੋ ਸੱਚੀਆਂ ਹੋਣਡੀਆਂ ਨਾ, ਅਤੇ ਭਾਈ ਸਾਹਿਬ ਨੇ ਸਾਡੇ ਰਿਸ਼ਤੇਦਾਰਾਂ ਦੇ ਉੱਥੇ ਪਿੰਡ ਸਮਾਗਮ ਉਦਣ ਦੱਸਤਾ ਸੀ ਕਿ ਮੇਰੀ ਮੌਤ ਹੋਣੀ ਜੇ, ਉਦਣ ਹੀ ਜਿੱਦਣ ਇੱਥੇ ਆਪਣਾ ਪਿੰਡ ਆ, ਮੈਨੂੰ ਹੁਣ ਦਿਮਾਗ 'ਚ ਇਸ ਵੇਲੇ ਅੰਮ੍ਰਿਤਸਰ ਜਿੱਦਣ ਉਹ ਕੀ ਮੈਨੂੰ ਚੇਤਾ ਦਿਮਾਗ 'ਚ ਨਹੀਂ, ਲਾਗੇ ਹੀ ਪਿੰਡ ਆ, ਉੱਥੇ ਉਦਣ ਦੱਸ ਕੇ ਗਏ ਆ ਕਿ ਮੇਰੀ ਮੌਤ ਹੋਣੀ ਜੇ, ਹੁਣ ਇਹਨਾਂ ਮੈਨੂੰ ਚੁੱਕਣਾ ਜੇ, ਅਗਲੇ ਦਿਨ ਹੀ ਵਹੀਰ ਜਾਣੀ, ਅਗਲੇ ਦਿਨ ਹੀ ਚੁੱਕ ਲਿਆ। ਸਾਨੂੰ ਇਹੋ ਵੇਖੋ, ਤੁਸੀਂ ਵੀ ਬੜੀ ਮੁਸ਼ਕਲ 'ਚ ਜੇ, ਤੁਸੀਂ ਵੀ ਬੜੀ ਮੁਸ਼ਕਲ, ਤੁਹਾਡੇ 'ਤੇ ਵੀ ਤਸ਼ੱਦਰ ਹੋਣ ਡਿਆ ਵਾ, ਮੀਡੀਆ 'ਤੇ ਵੀ ਤਸ਼ੱਦਰ ਹੋਣ ਡਿਆ, ਇਹ ਸਭ ਰਲੇ ਜੇ, ਸਭ ਰਲੇ, ਇਹਨਾਂ ਦੇ ਜਹਾਜ਼ ਫੜੇ ਚਲ ਗਏ, ਅਸੀਂ ਤਾਂ ਇੱਥੇ ਰਹਿਣਾ ਨਾ, ਅਤੇ ਅਸੀਂ ਇੱਥੇ ਜੇ ਤਾਂ ਕਿਸੇ ਦੀ ਜ਼ਰੂਰਤ ਆ, ਸਾਨੂੰ ਸਾਰਿਆਂ ਨੂੰ ਅੰਦਰ ਜੇਲ੍ਹਾਂ 'ਚ ਲੈ ਜਾਣ, ਸਾਨੂੰ ਅੰਮ੍ਰਿਤਪਾਲ ਚਾਹੀਦਾ, ਭਾਈ ਸਾਹਿਬ ਦੇ ਨਾਲ ਜਿੰਨੇ ਬੱਚੇ ਆ ਉਹ ਸਾਰੇ ਚਾਹੀਦੇ ਆ। ਵੇਖੋ ਤੁਸੀਂ 11 ਛਡਾਉਂਦੇ ਆ ਜੀ, ਤੁਸੀਂ ਤਾਂ ਸਾਰੇ ਚੁੱਕ ਹੀ ਜਾਣ ਡਿਆ ਜੀ, ਕਿਹਦਾ ਕਿਹਦਾ ਇਨਸਾਫ ਲਵਾਂਗੇ, ਤਾਂ ਸਾਰੇ ਰਲ ਮਿਲ ਕੇ ਰਹਿਣ ਡੇ ਆ, ਹਿੰਦੂ ਸਿੱਖ ਮੁਸਲਮਾਨ ਇਸਾਈ ਸਾਰੇ ਭਰਾ ਭਰਾ ਸਮਝ ਕੇ ਰਹਿਣ ਡੇ, ਉਹ ਕਿਸੇ ਲੜਾਈ ਹੁੰਦੀ ਹੋਵੇ ਅਸੀਂ ਬੜੇ ਪਿਆਰ ਨਾਲ ਰਹਿਣ ਡੇ ਸਾਰੀ ਜਨਤਾ। ਜਿਹੜੀਆਂ ਸਰਕਾਰਾਂ ਨੇ ਸਰਕਾਰਾਂ ਫੁੱਟ ਪਾ ਰਹੀਆਂ ਅੰਗਰੇਜ਼ਾਂ ਵਾਲੀ ਚਾਲ ਚੱਲਣ ਡੀਆਂ, ਫੁੱਟ ਪਾਓ ਰਾਜ ਕਰੋ, ਫੁੱਟ ਪਾ ਕੇ ਰਾਜ ਕਰਨ ਡੀਆਂ ਸਾਰੀ ਜਨਤਾ ਦੇ, ਫੁੱਟ ਪਾ ਕੇ ਸਾਡਾ ਕੋਈ ਕਿਸੇ ਨਾਲ ਵੈਰ ਨਹੀਂ ਹੈਗਾ, ਸਾਡਾ ਇਨਸਾਨੀਅਤ ਦੀ ਲੜਾਈ, ਇਨਸਾਨੀਅਤ ਸਾਡੀ ਜ਼ਮੀਰ ਜਾਗੇ, ਸਰਕਾਰਾਂ ਜ਼ਮੀਰਾਂ ਮਰ ਗਈਆਂ ਸਰਕਾਰਾਂ ਦੀਆਂ, ਅੰਮ੍ਰਿਤਪਾਲ ਜਿੰਦਾਬਾਦ, ਅੰਮ੍ਰਿਤਪਾਲ ਜਿੰਦਾਬਾਦ, ਅੰਮ੍ਰਿਤਪਾਲ ਜਿੰਦਾਬਾਦ।